ਤੇ ਆਪਣਾ ਕੀ ਮਤਲਬ ਆ ਜਿਹੜਾ ਉਹ ਕਹਿ ਰਹੇ ਨੇ ਆਮ ਆਦਮੀ ਦੇ ਕੀਪੀ ਵਿਧਾਇਕ ਸਸਪੈਂਡ ਕਰਤੇ ਜਿਹੜੇ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ 20 ਵਿਧਾਇਕ ਸਸਪੈਂਡ ਹੋਏ ਆ ਉਹਦਾ ਅਸੀਂ ਸਵਾਗਤ ਕਰਦੇ ਹਾਂ ਭਾਵੇਂ ਕਿਸੇ ਇਲੈਕਟਿਡ ਰਿਪ੍ਰੈਜੈਂਟੇਟਿਵ ਦੀ ਨੂੰ ਸਸਪੈਂਡ ਕਰਨਾ ਕੋਈ ਚੰਗਾ ਨਹੀਂ ਹੈ ਵਧੀਆ ਨਹੀਂ ਲੱਗਦਾ ਮਨ ਤੇ ਬੋਝ ਪਾ ਕੇ ਪਰ ਕਿਉਂਕਿ ਇੱਕ ਸਿਸਟਮ ਆ ਇੱਕ ਸਿਸਟਮ ਜੇ ਟੁੱਟ ਜਾਏਗਾ ਮੁਲਕ ਦੇ ਵਿੱਚ ਤਾਂ ਬੜਾ ਵੱਡਾ ਨੁਕਸਾਨ ਹੋਊਗਾ ਮੁਲਕ ਦਾ ਇਹ ਕਾਨੂੰਨ ਕਹਿੰਦਾ ਦੇਸ਼ ਦਾ ਵਿਧਾਨ ਕਹਿੰਦਾ ਸਿਸਟਮ ਦੇ ਵਿੱਚ ਅਸੀਂ ਲਿਆਣ ਕੇ ਵੀ 15% ਤੋਂ ਵੱਧ ਵਜ਼ੀਰ ਜਿਹੜੇ ਨੇ ਬਣ ਨਹੀਂ ਸਕਦੇ ਪਰ ਕੇਜਰੀਵਾਲ ਸਾਹਿਬ ਨੇ ਨਾ ਕਾਨੂੰਨ ਦੀ ਪਰਵਾਹ ਕੀਤੀ ਨਾ ਮਾਨਤਾਵਾਂ ਦੀ ਪਰਵਾਹ ਕੀਤੀ ਨਾ ਦੇਸ਼ ਦੇ ਪੈਸੇ ਦੀ ਪਰਵਾਹ ਕੀਤੀ ਵੀ 20 ਮੰਤਰੀ ਕੋਟੇ ਤੋਂ ਵੱਧ ਬਣਾ ਦਿੱਤੇ ਸੰਸਦੀ ਸਕੱਤਰ ਬਣਾ ਕੇ ਚੋਰ ਮੋਰੀ ਰਾਹੀਂ ਆਪਣੇ MLA ਨੂੰ ਇੱਕ ਰਿਸ਼ਵਤ ਦਿੱਤੀ ਉਹ ਬਹੁਤ ਵੱਡਾ ਮੈਂ ਸਮਝਦਾ ਇੱਕ ਸਕੈਮ ਹੀ ਮੈਂ ਕਹਿ ਸਕਦਾ ਜਿਹੜਾ ਅੱਜ ਰਾਸ਼ਟਰਪਤੀ ਜੀ ਨੇ ਮੋਹਰ ਲਾ ਕੇ ਸਾਬਤ ਕੀਤਾ ਵੀ 20 MLA ਨੂੰ ਸਿੱਧੀ ਰਿਸ਼ਵਤ ਦੇ ਕੇ ਉਹਨਾਂ ਨੇ ਫਾਇਦੇ ਦਿੱਤੇ ਹੁਣ ਸੋ ਚੋਣ ਕਮਿਸ਼ਨ ਨੇ ਉਹਦਾ ਨੋਟਿਸ ਲਿਆ ਰਾਸ਼ਟਰਪਤੀ ਜੀ ਉਹਦੇ ਮੋਹਰ ਲਾ ਤੀ ਹੁਣ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਅੱਜ ਵੀ ਕੇਜਰੀਵਾਲ ਸਾਹਿਬ ਕਹੀ ਜਾਂਦੇ ਆ ਵੀ ਇਹ ਜਾਤੀ ਹੋਈ ਆ ਸਾਨੂੰ ਤੰਗ ਕਰ ਰਹੇ ਆ ਵੀ ਤੁਸੀਂ ਸਾਰੇ ਮੁਲਕ ਨੂੰ ਤੰਗ ਕਰ ਰਹੇ ਹੋ ਤੇ ਜੇ ਤੁਹਾਨੂੰ ਕੋਈ ਸਿੱਧਾ ਕਰਨ ਲਈ ਕਹਿੰਦਾ ਤਾਂ ਤੁਸੀਂ ਕਹਿੰਦੇ ਸਾਨੂੰ ਤੰਗ ਕਰ ਰਹੇ ਕਹਿੰਦੇ ਦੁੱਧ ਦਿੱਤਾ ਵੀ ਦਿੱਤਾ ਮਿਗਣਾ ਪਾ ਕੇ ਜੇ ਪਹਿਲਾਂ ਦੇ ਦਿੰਦੇ ਤਾਂ ਮੈਂ ਸਮਝਦਾ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕ੍ਰੈਡੀਬਿਲਟੀ ਬਣੀ ਰਹਿਣੀ ਸੀ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕ੍ਰੈਡੀਬਿਲਟੀ ਵੀ ਦਾਅ ਤੇ ਲਾਤੀ ਹੁਣ ਤਾਂ ਜੱਗ ਜ਼ਾਹਰ ਹੋ ਗਈ ਵੀ ਹੁਣ ਤਾਂ ਰਾਹੁਲ ਗਾਂਧੀ ਜੀ ਨੇ ਆਪਦੀ ਚਮੜੀ ਬਚਾਉਣ ਲਈ ਆਪਦਾ ਹਿੰਦੁਸਤਾਨ 'ਚ ਅਕਸ ਦਿਖਾਉਣ ਲਈ ਇਹ ਜਿਹੜਾ ਬਲੀ ਦਾ ਬੱਕਰਾ ਬਣਾਇਆ ਰਾਣਾ ਗੁਰਜੀਤ ਜੀ ਨੂੰ ਅਤੇ ਰਾਣੇ ਗੁਰਜੀਤ ਸੀ ਫਿਰ ਹੁਣ ਸਾਬਤ ਕਰਤੀ ਵੀ ਸਰਕਾਰ 'ਚ ਸਭ ਕੁਛ ਨਹੀਂ ਅੱਛਾ ਲਾਲ 'ਚ ਕਾਲਾ ਕਾਲਾ ਹੈ ਹੀ ਆ ਔਰ ਸਰਕਾਰ ਦੀ ਕਰਪਸ਼ਨ 'ਤੇ ਮੋਹਰ ਲਾ ਤੀ ਉਹਨਾਂ ਦੇ ਸੀ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਹੁਣ ਸਾਰੇ ਕਰਜ਼ੇ ਮਾਫ ਹੋਣਗੇ ਸਦਾ ਹਾਸਲ ਕਰਕੇ ਫਿਰ ਕਿਹਾ ਵੀ ਵੱਡਿਆਂ ਦੇ ਨੀ ਹੋ ਸਕਦੇ ਛੋਟਿਆਂ ਦੇ ਹੋਣਗੇ ਫਿਰ ਪ੍ਰੈਸ਼ਰ ਪੈ ਗਿਆ ਫਿਰ ਕਹਿੰਦੇ ਮਾਰਜਨਲ ਤੇ ਸਮਾਲ ਦੋ ਕੈਟਾਗਰੀਆਂ ਬਣਾ ਤੀਆਂ ਫਿਰ ਕਹਿੰਦੇ ਜੀ ਸਿਰਫ ਫਸਲੀ ਕਰਜ਼ਾ ਮਾਫ ਹੋਏਗਾ ਫਿਰ ਕਹਿੰਦੇ ਕੇਵਲ ਕੋਪਰੇਟਿਵ ਬੈਂਕਾਂ ਦਾ ਸਹਿਕਾਰੀ ਖੇਤਰ ਦਾ ਹੋਏਗਾ ਜਾਣੀ ਕਰਦੇ ਕਰਦੇ ਕੱਲ੍ਹ ਤਾਂ ਹਾਥੀ ਖੜੇ ਕਰਕੇ ਵੀ ਹੁਣ ਤਾਂ ਬੇਬਸ ਮਤਲਬ ਇੰਨੀਆਂ ਜਾਣੀ ਡੋਜ਼ ਦੇ ਕੇ ਪੰਜਾਬੀ 'ਚ ਹਰਗਿਆਈਆਂ ਕਹਿੰਦੇ ਹਾਂ ਚੰਗੇ ਤੋਂ ਚੰਗਾ ਕਬੱਡੀ ਦਾ ਪਲੇਅਰ ਵੀ ਨਹੀਂ ਕਰਦਾ ਜਿਵੇਂ ਉਹ ਕੋਸ਼ਿਸ਼ ਕੀਤੀ ਹੈ ਕੈਪਟਨ ਸਾਹਿਬ ਨੇ ਬਚ ਕੇ ਨਿਕਲਣ ਦੀ ਪਰ ਉਹ ਹੁਣ ਕਿਸਾਨਾਂ ਦੇ ਪੰਜੇ ਤੋਂ ਬਚ ਗਏ